ਸਤਿ ਸ਼੍ਰੀ ਅਕਾਲ ਪ੍ਰਾਈਮ ਏਸ਼ੀਆ ਟੀ ਵੀ ਤੁਸੀਂ ਦੇਖ ਰਹੇ ਹੋ। ਕਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਾਅਦ ਜਦੋਂ ਤੋਂ ਪੰਜਾਬ ਭਰ ਦੇ ਵਿੱਚ ਕਰਫਿਊ ਲੱਗਾ ਹੈ, ਪੂਰੇ ਵਿਸ਼ਵ ਦੇ ਨਾਲ ਨਾਲ ਭਾਰਤ ਲੋਕਡਾਊਨ ਹੋਇਆ ਹੈ। ਅਸੀਂ ਗਰਾਊਂਡ ਰਿਪੋਰਟ ਉਦੋਂ ਤੋਂ ਹੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦਿਨ ਬਾ ਦਿਨ ਜਿਹੜੀਆਂ ਮੁਸ਼ਕਲਾਂ ਨੇ ਹੋਰ ਵੱਧਦੀਆਂ ਨਜ਼ਰ ਆ ਰਹੀਆਂ ਨੇ। ਮੁਸ਼ਕਲਾਂ ਦੇ ਨਾਲ ਚਾਹੇ ਕਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 'ਚ ਵੀ ਭਾਰਤ 'ਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ। ਦੁਨੀਆ ਭਰ ਦੇ ਵਿੱਚ ਕਰੋਨਾ ਵਾਇਰਸ ਦੇ ਜਕੜ ਦੇ ਨਾਲ ਬਿਮਾਰ ਹੋਏ ਲੋਕਾਂ ਦੇ ਤੰਦਰੁਸਤ ਹੋਣ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ। ਉੱਥੇ ਹੀ ਖਾਸ ਤੌਰ ਦੇ ਉੱਤੇ ਪੰਜਾਬ ਭਾਰਤ ਦੇ ਵਿੱਚ ਦਿਹਾੜੀ ਟੱਪਾ ਕਰਨ ਵਾਲੇ ਲੋਕਾਂ ਦੀ ਰੋਜ਼ੀ ਰੋਟੀ ਦਾ ਸਵਾਲ ਵੀ ਦਿਨ ਬ ਦਿਨ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ। ਅਤੇ ਇਸੇ ਦੇ ਵਿੱਚ ਦੁਨੀਆ ਭਰ ਦੇ ਵਿੱਚ ਖਾਸ ਤੌਰ ਦੇ ਉੱਤੇ ਸਿੱਖ ਕੌਮ ਦਾ, ਪੰਜਾਬੀ ਜਗਤ ਦਾ ਨਾਮ ਰੋਸ਼ਨ ਕਰਨ ਵਾਲੀ ਖਾਲਸਾ ਐਡ ਇਸ ਪੂਰੀ ਸਥਿਤੀ ਦੇ ਵਿੱਚ ਇੱਕ ਵਾਰ ਫਿਰ ਅੱਗੇ ਆਉਂਦੀ ਨਜ਼ਰ ਆ ਰਹੀ ਹੈ। ਖਾਲਸਾ ਏਡ ਵੱਲੋਂ ਪੰਜਾਬ ਤੋਂ ਖਾਸ ਕਰਕੇ ਦੁਆਬੇ ਇਲਾਕੇ ਤੋਂ ਆਪਣੀ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿੱਥੇ ਜਿਸ ਮੁਹਿੰਮ ਦੇ ਤਹਿਤ ਇਸ ਬਿਮਾਰੀ ਦੇ ਨਾਲ ਘਰੇ ਬੈਠੇ ਉਹ ਲੋਕ ਜਿਨ੍ਹਾਂ ਦਾ ਕੰਮ ਕਾਜ ਠੱਪ ਹੋ ਚੁੱਕਿਆ ਹੈ ਉਹਨਾਂ ਦੇ ਘਰ ਘਰ ਜਾ ਕੇ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਇਸ ਵੇਲੇ ਅੱਜ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਦਾਨਿਸ਼ਮੰਦਾ ਬਸਤੀ ਦੇ ਵਿੱਚ ਹਾਂ, ਜਿੱਥੇ ਲੋਕ ਜਿਹੜੇ ਨੇ ਬਹੁਤ ਅਜਿਹੇ ਗਿਣਤੀ ਦੇ ਵਿੱਚ ਰਹਿੰਦੇ ਨੇ ਜੋ ਕਿ ਦਿਹਾੜੀ ਟੱਪਾ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਸੋ ਉਹਨਾਂ ਲੋਕਾਂ ਤੱਕ ਅੱਜ ਖਾਲਸਾ ਏਡ ਦੀ ਟੀਮ ਪਹੁੰਚੀਏ, ਇਹ ਰਾਸ਼ਨ, ਇਹ ਲੋੜਵੰਦ ਚੀਜ਼ਾਂ ਜਿਹੜੀਆਂ ਨੇ ਉਹਨਾਂ ਤੱਕ ਪਹੁੰਚਾਈਆਂ ਜਾਣਗੀਆਂ। ਸੋ ਅਸੀਂ ਖਾਲਸਾ ਏਡ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਉਹ ਦੁਆਬੇ ਤੋਂ ਬਾਅਦ ਇਸ ਮੁਹਿੰਮ ਨੂੰ ਪੂਰੇ ਭਾਰਤ ਦੇ ਵਿੱਚ ਜਾਂ ਫਿਰ ਪੂਰੇ ਵਿਸ਼ਵ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੈ ਕੇ ਜਾਣਗੇ। ਸੋ ਖਾਲਸਾ ਏਡ ਵਾਲਿਆਂ ਵੱਲੋਂ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਨੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ, ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਲੋੜਵੰਦ ਲੋਕ ਰਹਿੰਦੇ ਨੇ। ਸੋ ਖਾਲਸਾ ਏਡ ਵਾਲੇ ਪਹੁੰਚੇ, ਸਪੈਸ਼ਲ ਤੁਹਾਨੂੰ ਰਸਦ ਪਾਣੀ ਪਹੁੰਚਾ ਕੇ ਗਏ ਨੇ, ਕੀ ਕਹਿਣਾ ਚਾਹੋਗੇ? ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ, ਅਨੋਖੇ ਸਮੇਂ ਜਿਹੜਾ ਰਾਸ਼ਨ ਪਹੁੰਚਾ ਕੇ ਸਾਡੇ ਘਰ ਤੱਕ, ਲੋੜ ਸੀ ਜਿਹੜੀ ਸਾਨੂੰ ਇਸ ਚੀਜ਼ ਦੀ ਅਤੇ ਘਰ ਘਰ ਤੱਕ ਪਹੁੰਚਾ ਕੇ ਆਪਾਂ ਬਹੁਤ ਧੰਨਵਾਦੀ ਕਰਦੇ ਹਾਂ। ਸੋ ਕੀ ਪਰੇਸ਼ਾਨੀਆਂ ਆ ਰਹੀਆਂ ਨੇ ਤੁਹਾਨੂੰ ਇਸ ਕਰਫਿਊ ਦੇ ਦੌਰਾਨ, ਕਿਉਂਕਿ ਹੁਣ 14 ਤਰੀਕ ਤੱਕ ਬੰਦ ਰਹੇਗਾ? ਪਰੇਸ਼ਾਨੀਆਂ ਕੰਮ ਕਾਜ ਤਾਂ ਤੰਗ ਆ ਜੀ, ਆਪਾਂ ਡੇਲੀ ਕਮਾਉਣੀ, ਡੇਲੀ ਖਾਣ ਵਾਲੇ ਕੰਮ ਬੰਦੇ ਜੀ ਆਪਾਂ, ਲੇਬਰ ਕਲਾਸ ਦੇ, ਤਾਂ ਕਿ ਪੈਸੇ ਹੱਥੀ ਤੰਗੀ ਆ ਰਹੀ, ਰਾਸ਼ਨ ਪਾਣੀ ਤੰਗੀ ਆ ਰਹੀ ਸੀ ਸਾਨੂੰ, ਬਾਹਰੋਂ ਰਾਸ਼ਨ ਦੁੱਧ ਪਾਣੀ ਦੀ ਤੰਗੀ ਆ ਰਹੀ ਸੀ ਸਾਨੂੰ। ਸੋ ਇਸ ਤੋਂ ਪਹਿਲਾਂ ਵੀ ਕੋਈ ਆਇਆ ਤੁਹਾਡੀ ਮਦਦ ਕਰਨ ਦੇ ਲਈ? ਇਸ ਤੋਂ ਪਹਿਲਾਂ ਕੋਈ ਨਹੀਂ ਆਇਆ ਜੀ ਮਦਦ ਕਰਨ। ਸੋ ਹੋਰ ਕੀ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਹੋ, ਕਿਉਂਕਿ ਦਿਹਾੜੀਦਾਰ ਤੁਸੀਂ ਦੱਸਿਆ ਕਿ ਲੇਬਰ ਵਗੈਰਾ ਕਰਦੇ ਹੋ ਅਤੇ ਹੁਣ ਕੰਮ ਕਾਜ ਬੰਦ ਹੈ, ਅਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੀ ਲੱਗ ਰਿਹਾ ਕਿ ਕਿਵੇਂ ਦੀਆਂ ਮੁਸ਼ਕਲਾਂ ਤੁਹਾਨੂੰ ਹੋਰ ਸਾਹਮਣਾ ਕਰਨਾ ਪੈ ਸਕਦਾ? ਸਾਹਮਣਾ ਹਰ ਘਰ 'ਚ ਰਾਸ਼ਨ ਦੀ ਲੋੜ ਹੁੰਦੀ, ਹਰ ਘਰ ਨੂੰ ਕੰਮ ਕਾਜ ਹੈ ਨਹੀਂ, ਕੰਮ ਕਾਜ ਕਿਤੇ ਪੈਸਾ ਆਉਣਾ ਨਹੀਂ, ਦਵਾਈ ਭਾੜੇ ਦੀ ਲੋੜ ਹੁੰਦੀ ਹਰ ਇੱਕ ਘਰ 'ਚ, ਦਵਾਈ ਭਾੜਾ ਵੀ ਮਿਲਣਾ ਚਾਹੀਦਾ, ਜਿਹੜਾ ਮੇਨ ਮੇਨ ਬੰਦੇ ਜੋ ਲੋੜ ਹੈ ਪੂਰੀਆਂ ਮਿਲਣੀਆਂ ਚਾਹੀਦੀਆਂ ਜੀ, ਰਾਸ਼ਨ ਲੋੜ ਹੈ, ਜਿੱਦਾਂ ਦਵਾਈ ਲੋੜ ਹੈ, ਕਿਤੇ ਆਉਣਾ ਜਾਣਾ, ਮੈਡੀਕਲ ਬੰਦ ਹੈ, ਕੋਈ ਮਾੜਾ ਬਿਮਾਰ ਹੋ ਜਾਂਦਾ ਅਤੇ ਉਹਦੇ ਵਾਸਤੇ ਮੈਡੀਸਿਨ ਲੈਣ ਦੀ ਲੋੜ ਬੜੀ ਦਿੱਕਤ ਹੋ ਰਹੀ ਹੈ ਜੀ, ਮੈਡੀਸਿਨ ਲੈਣ ਦੀ ਬਹੁਤ ਦਿੱਕਤ ਹੋ ਰਹੀ ਜੀ ਇੱਥੇ ਆਪਣੇ। ਮਤਾ ਹੀ ਖਾਲਸਾ ਏਡ ਵਾਲੇ ਆਏ ਸੀ, ਰਾਸ਼ਨ ਦੇ ਕੇ ਗਏ ਨੇ ਤੁਹਾਨੂੰ, ਸੋ ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਠੀਕ ਲੱਗਾ ਸਾਨੂੰ ਜੀ, ਹਾਂਜੀ, ਮਦਦ ਕਰ ਰਹੇ, ਠੀਕ ਕਰ ਰਹੇ ਆ ਗਰੀਬਾਂ ਦੀ। ਸੋ ਹੁਣ 14 ਤਰੀਕ ਤੱਕ ਬੰਦ ਹੈ ਮਾਤਾ ਜੀ, ਵੈਸੇ ਤਾਂ ਤੁਸੀਂ ਪ੍ਰਸ਼ਾਸਨ ਦਾ, ਸਰਕਾਰ ਦਾ ਸਹਿਯੋਗ ਕਰ ਰਹੇ ਹੋ ਕਿ ਘਰਾਂ ਦੇ ਵਿੱਚ, ਪਰ ਹੋਰ ਕਿਵੇਂ ਦੀਆਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂ ਹਰ ਇੱਕ ਚੀਜ਼ ਦੀ ਤਾਂ ਲੋੜ ਆ, ਦਵਾਈ ਕੀ, ਦੁੱਧ ਕੀ, ਰਾਸ਼ਨ ਕੀ, ਹਰ ਇੱਕ ਚੀਜ਼ ਚਾਹੀਦੀ ਹੈ, ਘਰ ਬਹਿ ਕੇ ਇੰਨਾ ਕੁਛ ਤਾਂ ਹੁੰਦਾ ਨਹੀਂ, ਕਮਾਈ ਧਮਾਈ ਵੀ ਹੋਣੀ ਚਾਹੀਦੀ, ਪੈਸਾ ਧੇਲਾ ਵੀ ਚਾਹੀਦਾ, ਪਰ ਉਹ ਨਹੀਂ ਹਿਸਾਬ ਕਿਤਾਬ, ਫਿਰ ਬੰਦ 'ਚ ਕੀ ਕਰੇਗਾ ਕੋਈ,
ਘਰ ਬੈਠ ਕੇ। ਕੀ ਲੱਗਦਾ ਹੈ ਕਿ ਹੁਣ 3 ਹਫ਼ਤੇ ਲਈ ਹੋਰ ਰਹੇਗਾ ਤੇ ਔਖਾ ਹੋ ਸਕਦਾ ਗੁਜ਼ਾਰਾ ਕਰਨਾ? ਬਹੁਤ ਜ਼ਿਆਦਾ ਔਖਾ ਹੋਏਗਾ, ਬਹੁਤ ਪੈਸੇ ਧੇਲੇ ਦੀ, ਰਾਸ਼ਨ ਦੀ, ਹਰ ਇੱਕ ਚੀਜ਼ ਦੀ ਕਮੀ ਆਏਗੀ, ਦਵਾਈ ਦਵੂਈ ਦੀ ਲੋੜ ਪੈ ਜਾਵੇ, ਉਹ ਵੀ ਔਖਾ ਹੋਏਗਾ। ਸਰਕਾਰ ਵੱਲੋਂ, ਪ੍ਰਸ਼ਾਸਨ ਵੱਲੋਂ ਜਿਹੜੇ ਨੰਬਰ ਜਾਰੀ ਕੀਤੇ ਗਏ ਨੇ, ਉਹ ਨੰਬਰ ਪਹੁੰਚੇ ਤੁਹਾਡੇ ਤੱਕ ਕਿ ਇਸ ਨੰਬਰ ਦੇ ਉੱਤੇ ਕਾਲ ਕਰੋਗੇ ਦਵਾਈ ਪਹੁੰਚੇਗੀ ਘਰ, ਇਸ ਨੰਬਰ ਤੇ ਕਾਲ ਕਰੋਗੇ ਸਬਜ਼ੀ ਪਹੁੰਚੇਗੀ ਘਰ? ਹਾਂਜੀ, ਨੰਬਰ ਪਹੁੰਚੇ ਨੇ ਘਰ। ਹਾਂਜੀ ਹਾਂਜੀ। ਤੇ ਤੁਸੀਂ ਟਰਾਈ ਕੀਤਾ? ਨਹੀਂ, ਹਜੇ ਅਸੀਂ ਨਹੀਂ ਕੀਤਾ ਟਰਾਈ ਜੀ। ਹਾਂਜੀ, ਜੇ ਲੋੜ ਪਏਗੀ ਫਿਰ ਕਰਾਂਗੇ। ਖਾਲਸਾ ਏਡ ਦੀ ਟੀਮ ਸਪੈਸ਼ਲ ਜਲੰਧਰ ਦੇ ਵੱਖ ਵੱਖ ਇਲਾਕਿਆਂ 'ਚ ਜਾ ਰਹੀ ਹੈ, ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਮਲ ਜੀ, ਸਵਾਗਤ ਜੀ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਸੋ ਇਸ ਔਖੀ ਘੜੀ ਦੇ ਵਿੱਚ ਇੱਕ ਵਾਰ ਫਿਰ ਖਾਲਸਾ ਏਡ ਅੱਗੇ ਆਈ ਹੈ, ਜਿਵੇਂ ਵਿਸ਼ਵ ਭਰ ਦੇ ਵਿੱਚ ਤੁਸੀਂ ਅੱਗੇ ਆਉਂਦੇ ਹੋ, ਅੱਜ ਰਾਸ਼ਨ ਲੋਕਾਂ ਤੱਕ ਪਹੁੰਚਾ ਰਹੇ ਹੋ। ਸੋ ਇਹ ਮੁਹਿੰਮ ਜਿਹੜੀ ਹੈ ਜਲੰਧਰ ਤੋਂ ਸ਼ੁਰੂ ਹੋਈ ਹੈ, ਪੂਰੇ ਪੰਜਾਬ 'ਚ ਚੱਲੇਗੀ ਕਿ ਭਾਰਤ 'ਚ ਚੱਲੇਗੀ? ਫਿਲਹਾਲ ਤਾਂ ਜੀ ਇਹ ਮੁਹਿੰਮ ਖਾਸ ਕਰ ਦੁਆਬੇ ਏਰੀਆ ਤੋਂ ਸ਼ੁਰੂ ਕੀਤੀ ਗਈ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਇਹ ਸੇਵਾ ਦਾ ਕਾਰਜ ਹੈ, ਇਹ ਅਸੀਂ ਨਵਾਂਸ਼ਹਿਰ ਤੋਂ ਸ਼ੁਰੂ ਕੀਤਾ, ਕਿਉਂਕਿ ਨਵਾਂਸ਼ਹਿਰ ਇਸ ਟਾਈਮ ਪੰਜਾਬ ਦਾ ਤੁਹਾਨੂੰ ਪਤਾ ਹੈ ਕਿ ਐਪੀ ਸੈਂਟਰ ਬਣਿਆ ਹੋਇਆ, ਸਭ ਤੋਂ ਵੱਧ ਕੇਸ ਉੱਥੋਂ ਦੇ ਨੇ। ਅਤੇ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਸੀ ਕਿ ਜਿਹੜੀ ਵੀ ਸੰਸਥਾਵਾਂ ਮਦਦ ਕਰ ਸਕਦੀਆਂ, ਸੋ ਸਾਡੀ ਮੀਟਿੰਗਸ ਵਗੈਰਾ ਹੋਈਆਂ ਜ਼ਿਲ੍ਹਾ ਦੇ ਕਮਿਸ਼ਨਰਸ ਨਾਲ, ਸਾਰਿਆਂ ਨਾਲ। ਅਤੇ ਪ੍ਰੋਬਲਮ ਇਹ ਹੈ ਕਿ ਇਸ ਟਾਈਮ ਹਰ ਇੱਕ ਕੋਈ ਲੋੜਵੰਦ ਹੈ, ਸਾਨੂੰ ਕੋਈ ਕਾਲ ਕਰ ਰਿਹਾ, ਕੋਈ ਕਹਿੰਦਾ ਸਾਨੂੰ ਫਰੂਟ ਚਾਹੀਦਾ, ਕੋਈ ਕਹਿੰਦਾ ਚੋਕਲੇਟ ਚਾਹੀਦੀ ਆ, ਪਰ ਅਸੀਂ ਉਹਨਾਂ ਬਾਰੇ ਨਹੀਂ ਸੋਚ ਪਾ ਰਹੇ ਕਿ ਜਿਹੜੇ ਇੱਕ ਟਾਈਮ ਦੀ ਰੋਟੀ ਤੋਂ ਵੀ ਹਜੇ ਉਹਨਾਂ ਨੂੰ ਰੋਟੀ ਵੀ ਨਸੀਬ ਨਹੀਂ ਹੋ ਪਾ ਰਹੀ। ਸੋ ਸਾਡਾ ਫੋਕਸ ਇਹ ਆ ਕਿ ਅਸੀਂ ਉਹ ਪਰਿਵਾਰਾਂ ਨੂੰ ਚੁਣ ਚੁਣ ਕੇ, ਇਲਾਕਾ ਦੇ ਲੋਕਾਂ ਨੂੰ ਨਾਲ ਲੈ ਕੇ, ਕੌਂਸਲਰਸ ਨੂੰ ਨਾਲ ਲੈ ਕੇ, ਉਹ ਪਰਿਵਾਰਾਂ ਦੇ ਵਿੱਚ ਰਾਸ਼ਨ ਆਪਣੇ ਹੱਥੀਂ ਦੇਣਾ ਚਾਹ ਰਹੇ ਹਾਂ ਅਤੇ ਉਹਨਾਂ ਨੂੰ ਦੇ ਰਿਹਾ ਹਾਂ। ਰਵੀ ਸਿੰਘ ਹੋਣਾ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ, ਜਿਸ ਵੀਡੀਓ ਦੇ ਵਿੱਚ ਉਹਨਾਂ ਨੇ ਲੋਕਾਂ ਲਈ ਵੀ ਇੱਕ ਮੈਸੇਜ, ਸੁਨੇਹਾ ਦਿੱਤਾ ਸੀ ਕਿ ਸਰਕਾਰ ਦਾ ਸਹਿਯੋਗ ਕੀਤਾ ਜਾਵੇ, ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਸੋ ਹੁਣ ਜਦੋਂ ਤੁਸੀਂ ਘਰ ਘਰ ਜਾ ਕੇ ਰਾਸ਼ਨ ਦੇ ਰਹੇ ਹੋ, ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਹਦਾਇਤਾਂ ਨੇ ਉਹਨਾਂ ਦਾ ਪਾਲਣ ਵੀ ਕੀਤਾ ਜਾਵੇ? ਬਿਲਕੁਲ ਜੀ, ਬਟ ਦੇਖੋ ਹਦਾਇਤਾਂ ਦਾ ਪਾਲਣ ਉਦੋਂ ਤੱਕ ਕਰ ਪੈਂਦਾ ਬੰਦਾ ਵੀ ਜਦੋਂ ਤੱਕ ਉਹਦਾ ਪੇਟ ਰੱਜਿਆ ਹੋਇਆ, ਉਹਨੂੰ ਖਾਣ ਨੂੰ ਸਾਰਾ ਕੁਝ ਮਿਲ ਰਿਹਾ। ਪਰ ਅਸੀਂ ਇਹੋ ਜਿਹੇ ਪਰਿਵਾਰਾਂ ਨੂੰ, ਇਹੋ ਜਿਹੇ ਲੋਕਾਂ ਨੂੰ ਮਿਲ ਰਹੇ ਹਾਂ ਜਿਨ੍ਹਾਂ ਨੇ 3-3 ਦਿਨ ਤੋਂ ਨਹੀਂ ਕੁਝ ਖਾਧਾ, ਜਿਨ੍ਹਾਂ ਕੋਲ ਘਰੇ ਚੁੱਲ੍ਹਾ ਚਲਾਉਣ ਨੂੰ ਪਰਾਤਾਂ ਖਾਲੀ ਪਈਆਂ ਨੇ, ਆਟਾ ਗੁੰਨਣ ਨੂੰ ਆਟਾ ਨਹੀਂ ਹੈਗਾ। ਸੋ ਸਾਡਾ ਫੋਕਸ ਉਹ ਵੀ ਹੈ ਕਿ ਜਿੱਥੇ ਨਾਲ ਨਾਲ ਹਦਾਇਤਾਂ ਬਹੁਤ ਜ਼ਿਆਦਾ ਜ਼ਰੂਰੀ ਨੇ, ਉੱਥੇ ਖਾਣ ਨੂੰ, ਪੇਟ ਨੂੰ ਰੋਟੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਅਸੀਂ ਉਸ ਚੀਜ਼ ਦੇ ਉੱਤੇ ਕੰਮ ਕਰ ਰਹੇ ਹਾਂ। ਲੋਕਾਂ ਦੇ ਕੋਲੋਂ ਵੀ ਮਦਦ ਮੰਗੀ ਜਾ ਰਹੀ ਹੈ ਕਿ ਕਿਉਂਕਿ ਹੁਣ ਰਸਦ ਪਾਣੀ ਵੱਡੀ ਗਿਣਤੀ 'ਚ ਲੋੜ ਪਵੇਗੀ। ਇਸ ਵੇਲੇ ਤਾਂ ਪੂਰਾ ਵਿਸ਼ਵ ਇਸ ਬਿਮਾਰੀ ਦੇ ਨਾਲ ਲੜ ਰਿਹਾ ਹੈ, ਅਤੇ ਖਾਲਸਾ ਏਡ ਦੀ ਇਹ ਨਿਸ਼ਾਨੀ ਰਹੀ ਹੈ ਕਿ ਇਰਾਕ ਵਰਗੇ ਮੁਲਕਾਂ 'ਚ ਵੀ ਤੁਸੀਂ ਪਹੁੰਚੇ ਹੋ। ਸੋ ਹੁਣ ਲੋਕਾਂ ਦੇ ਕੋਲੋਂ ਵੀ ਜਿਹੜੇ ਸਰ ਦੇ ਪੁੱਜਦੇ ਲੋਕ ਨੇ ਕਿ ਤੁਹਾਡੇ ਤੱਕ ਉਹ ਰਾਸ਼ਨ ਪਹੁੰਚਾਉਣਾ ਚਾਹੁਣ, ਅਤੇ ਕਿਸ ਤਰੀਕੇ ਦੇ ਨਾਲ ਤੁਹਾਡੀ ਮਦਦ ਕਰ ਸਕਦੇ ਨੇ? ਅਸੀਂ ਇਹ ਜਿਵੇਂ ਤੁਹਾਨੂੰ ਦੱਸਿਆ ਕਿ ਸਾਨੂੰ ਹਜੇ 2 ਦਿਨ ਹੋਏ ਨੇ ਰਾਸ਼ਨ ਵਾਲੇ ਪ੍ਰੋਜੈਕਟ ਦੇ ਉੱਤੇ ਕੰਮ ਕਰਨ ਦੇ ਨੂੰ, ਅਤੇ ਅਸੀਂ ਹਜੇ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਕਰ ਰਹੇ ਹਾਂ, ਕਿਉਂਕਿ ਪਤਾ ਚੱਲੇ ਕਿ ਲੋਕਾਂ ਦਾ ਰਿਸਪੋਂਸ ਕਿੱਦਾਂ ਦਾ ਹੈ, ਕਿਉਂਕਿ ਕਈ ਇਲਾਕਿਆਂ ਦੇ ਵਿੱਚ ਸਾਨੂੰ ਲੋਕ ਡਿਸਟ੍ਰੀਬਿਊਟ ਹੀ ਨਹੀਂ ਕਰਨ ਦੇ ਰਹੇ, ਇੰਨੀ ਕਮਾਰੋ ਮਾਰ ਹੈ ਕਿ ਉਹ ਸਗੋਂ ਜੋ ਹਦਾਇਤਾਂ ਨੇ ਅਸੀਂ ਚਾਹੁੰਦੇ ਹਾਂ ਕਿ ਲੋਕ ਪਾਲਣ ਕਰਨ, ਬਟ ਲੋਕ ਸਮਝ ਨਹੀਂ ਪਾ ਰਹੇ ਅਤੇ ਸਾਨੂੰ ਵੀ ਨਹੀਂ ਕੰਮ ਕਰਨ ਦੇ। ਸੋ ਇਹ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ 2-3 ਦਿਨ ਦੇਖਾਂਗੇ, ਉਸ ਤੋਂ ਬਾਅਦ ਅਸੀਂ ਹੈਲਪਲਾਈਨਸ ਨੰਬਰ, ਆਪਣੇ ਕੰਟੈਕਟ ਨੰਬਰ ਇਸ਼ੂ ਕਰਾਂਗੇ, ਦੈਨ ਫਿਰ ਇਸਦਾ ਪ੍ਰੋਜੈਕਟ ਸਾਰੇ ਪੂਰੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇਸ ਨੂੰ ਲਾਂਚ ਕਰਾਂਗੇ। ਅਸੀਂ ਦੇਖਿਆ ਕਿ ਜਦੋਂ ਦਿੱਲੀ ਦੇ ਵਿੱਚ ਵੀ ਕੁਝ ਭਾਈਚਾਰੇ ਦੇ ਲੋਕਾਂ ਦੇ ਉੱਤੇ ਹਮਲੇ ਹੋਏ, ਉਸ ਦੌਰਾਨ ਵੀ ਤੁਸੀਂ ਲੋਕਾਂ ਦੀ ਮਦਦ ਕੀਤੀ, ਅਤੇ ਹੁਣ ਕਿਉਂਕਿ ਹਜੇ 2-3 ਦਿਨ ਹੋਏ ਨੇ ਕਰਫਿਊ ਨੂੰ, ਅਜੇ 3 ਹਫ਼ਤੇ ਹੋਰ ਇਹ ਚੱਲਣਾ ਹੈ, 3 ਹਫ਼ਤੇ ਤੋਂ ਸਮਾਂ ਵੀ ਵੱਧ ਸਕਦਾ ਹੈ, ਤੁਹਾਨੂੰ ਲੱਗਦਾ ਹੈ ਕਿ ਸਥਿਤੀ ਹੋਰ ਵਿਗੜ ਸਕਦੀ ਹੈ? ਦੇਖੋ ਜੀ, ਜੇ ਤਾਂ ਲੋਕਾਂ ਤੱਕ ਖਾਣਾ ਨਾ ਪਹੁੰਚਿਆ ਅਤੇ ਜੋ ਕਮਿਟਮੈਂਟਸ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਹੋ ਰਹੀਆਂ ਨੇ, ਜੇ ਉਹ ਨਾ ਪੂਰੀਆਂ ਹੋਈਆਂ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਸਕਦੇ, ਬਿਮਾਰੀ ਤੋਂ ਘੱਟ ਅਤੇ ਭੁੱਖਮਰੀ ਤੋਂ ਜ਼ਿਆਦਾ ਲੋਕਾਂ ਨੇ ਮਰ ਜਾਣਾ। ਸੋ ਫੋਕਸ ਇਹ ਚਾਹੀਦਾ ਕਿ ਚਾਹੇ ਉਹ ਐਨ ਜੀ ਓਜ਼ ਨੇ, ਚਾਹੇ ਉਹ ਪ੍ਰਸ਼ਾਸਨ ਹੈ, ਕੋਈ ਵੀ ਸੋਸ਼ਲ ਵਰਕਰ ਹੈ, ਇਸ ਟਾਈਮ ਸਾਰਿਆਂ ਨੂੰ ਇੱਕਜੁੱਟ ਹੋ ਕੇ ਲੋਕਾਂ ਦੇ ਲਈ, ਲੋਕਾਂ ਨੂੰ ਰਿਲੀਫ ਦੇਣ ਦੇ ਲਈ ਪੂਰਾ ਪਲਾਨ ਬਣਾਉਣਾ ਚਾਹੀਦਾ,
जो कि जलंधर की एडमिनिस्ट्रेशन ने बनाया तो असी अज जिहड़ा जलंधर दे विच जिहड़ा राशन है वो डिस्ट्रीब्यूट करके देख रहे हैं, समझ रहे हैं भी किदां लोगों का रिस्पोंस आ रहा, पर हुण तक बहुत जिहड़ा भरवा हुंगारा मिल रहा क्योंकि खास तौर पर असी जिहड़ा फोकस है वह तुसीं देखो भी पूरा मेनटेन करके कर रहे हैं कि कौंसलर नूं नाल लैके पुलिस अधिकारियों नूं नाल लैके कि किसी भी रूल की कोई वायोलेशन ना होवे, तो उस तरीके नाल असी जिहड़ी सारी डिस्ट्रीब्यूशन वो कर रहे हैं। काबुल दे विच गुरुद्वारा साहिब दे उत्ते हमला होया, बहुत सारे लोगों सिख भाईचारे दियां उत्थे जानां गईयां ने, इस खबर नूं किस तरीके नाल देखदे? देखो बहुत दुखदाई खबर है, जिथे सिख चाहे राग सीरिया बॉर्डर होवे चाहे बर्मा का बॉर्डर होवे उत्थे तक पहुँच के सेवावां कर रहे हैं, पर यह बहुत दुख लगता सानूं कि असी हर एक कौम मतलब साइड ते रख के रिलीजन नूं कास्ट नूं साइड ते रख के सेवा करदे, पर साडे ही गुरुधामां दे उत्ते जदों इहो जिहा अटैक होण बहुत दुखदाई खबर है। और कई बार ऐम महसूस होंगे कि साढ़े सिखा दे लिए कोई सेफ जगह भी नहीं हैगी जिथे कोई एहोजे इंसीडेंट्स ना हो, सो बहुत दुखदाई खबर है जी। मतलब और खासकर इस जिथे पूरी दुनिया इस करोने तो जूझ रही है तो उत्थे एहोजे हालात के एहोजी खबर आनी बहुत मंदभागी है जी। आखिरी सवाल, सोशल मीडिया के उत्ते भी यह मैसेज वायरल हो रहा है कि जो वोटा आदि ने साडे नेता पता नहीं प्रशासन की अखा च घट्टा पा के पैसे दारू ते होर भी कई तरह की समगरी घर तक वंड देंगे ने, सो तुहानू नहीं लगता है कि साडे जिहड़े नुमाइंदे ने उन्हां नूं भी अगे आना चाहिए है कि इन्हां दिनां दे विच भी कुछ ना कुछ वह प्रशासन दे वल्लों मदद करके लोगों तक राशन पानी पहुँचाउण? बिल्कुल जी, चाहिए तो यही है क्योंकि जिहड़े इलैक्टेड बंदे ने जिन्हां ने वोटां जीतियां ने लोगों ने उन्होंने जिताया लोगों ने उन्होंने बनाया तो ड्यूटी उन्हां दी बनती है। और यह अगर देखा जाए कि हुण काफ़ी लोग काफ़ी कौंसलर्स और काफ़ी MLA MP अपने अपने इलाके निकले हुए ने, वो भी एक पॉजिटिव जिहड़ी एग्जाम्पल है वो क्रिएट कर रहे हैं, पर जिहड़े नहीं निकले मैं उन्होंने यही रिक्वेस्ट करदा कि लोगों ने तुहानू बनाया सी और यह ना हो कि अज 21 दिन बाद तुहानू तुसी लोगों विच विचर ही ना सको कदे लई, सो तुहानू चाहिए है कि तुहाडे नाल अज प्रशासन है तुहाडे कोले पावर्स ने तुहाडे कोले हर एक बॉडी तुहाडे अंडर है, तुसी उन्हां दा लाभ लैके लोगों के वो समान लैके विचरो जो अज लोग भुखे बैठे ने घरां दे विच। बहुत बहुत धन्यवाद जी, थैंक यू। सो 6 to 7 महीने का समा होया है जदों खालसा एड ने पंजाब के वख-वख इलाकों हड़ां की स्थिति आई सी, बहुत सारे लोगों दी फसलां डुब गईयां सी, लोगों के घर तबाह हो गए सी, पशु डंगर उस हड़ां दे विच रुड़ गए सी, तां खालसा एड अजिही संस्था सी जिसने करोड़ां रुपये के नाल उन्हां हड़ां दे विच भी लोगों की मदद की। उस तो बाद दिल्ली दे विच दंगे हुंदे ने ते दिल्ली के मुस्लिम भाईचारे की बांह भी खालसा एड वल्लों फड़ी जाती है। इस तों अलावा दुनिया के किसी भी कोने दे विच जदों भी किसी महामारी जां फिर किसी जंग के माहौल दे विच लोगों के उत्ते कोई अजिही स्थिति बनी जिथे रोजी रोटी दे उन्हां दे लाले पैने शुरू हो गए तो उस वेले भी खालसा एड ने लोगों की बांह फड़ी। पर जिवें अमरजीत होणा ने दस्या कि काबुल दे विच सिखां दे उत्ते हमला हुंदा है तो सोचण लई मजबूर होना पैंदा है कि सिखां दे लई कोई सेफ जगह दुनिया दे विच है जां फिर नहीं। सो अज पंजाब नहीं पूरा विश्व करोना वायरस दे नाल लड़ रहा है, पूरे विश्व दे विच जिहड़ा है इस वेले सड़कां सुनसान ने, लोग घरां दे विच कैद ने, ते अज पंजाब जिसनू गुरुआं पीरां दी धरती आख्या जांदा है एक बार फिर भाई कन्हैया दे वारस अगे आए ने ते उन्हां लोकां तक घर घर राशन पहुँचाउण दी कोशिश कर रहे ने जिन्हां लोकां नू खास करके उन्हां लोकां नू जिहड़े दिहाड़ी टप्पा करके अपने परिवार का गुजारा करदे सी उन्हां दे घरां तक इह घर घर राशन पहुँचाया जा रहा है। सो उम्मीद करदे आ कि खालसा एड भी इस औखे समें दे विच हमेशा दी तरह अपने इस वडमुल्ले कारज दे विच भी जी जान लगा के काम करेगा ते लोक ते प्रशासन ते होर NGO संस्थावां भी जिहड़ियां ने आने वाले समय ते अगे आउणगियां तां जो ये ना होवे कि इस वायरस तो बाद हुण भुखमरी वर्गे हालात साडे देश दे विच पैदा हो सकन। सो इदां ही बने रहो प्राइम एशिया TV दे नाल, ग्राउंड रिपोर्ट असीं तुहाडे नाल जलंधर शहर तो सांझी कर रहे सी जिथे खालसा एड वल्लों अज लोड़वंदां तक घर घर जाके राशन पहुँचाया जा रहा है।